ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜਗਲੀਓ ਐਜੂਕੇਸ਼ਨ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਬੜਾ ਹੀ ਅਹਿਮ ਟੌਪਿਕ ਹੈ ਕਹਿ ਲਓ ਉਹ ਵੀ ਅੰਗਰੇਜ਼ੀ ਦਾ ਇੱਕ ਮਹੱਤਵਪੂਰਨ ਟੌਪਿਕ ਹੈ ਉਹ ਆ ਫਾਰਮਸ ਆਫ ਵਰਬਸ ਅਸੀਂ ਸਾਰੇ ਜਾਣੇ ਇਹਦੇ ਵਿੱਚ ਉਲਝੀ ਜਾਂਦੇ ਰਹਨੇ ਆ ਸੋਚੀ ਜਾਂਦੇ ਰਹਨੇ ਆ ਵੀ ਇੰਨੇ ਵਰਬਸ ਨੇ ਯਾਰ ਏਡੀ ਵੱਡੀ ਲਿਸਟ ਆ ਹਨਾ ਉਹਦੀਆਂ ਫਾਰਮਸ ਨੇ ਫਰਸਟ ਸੈਕੰਡ ਥਰਡ ਅਸੀਂ ਇਹਨਾਂ ਨੂੰ ਯਾਦ ਕਿਵੇਂ ਕਰੀਏ ਸਾਡੇ ਯਾਦ ਕਿਵੇਂ ਰਹਿਣਗੀਆਂ ਐਡੀ ਬੱਡੀ ਦਾ ਲਿਸਟ ਤਾਂ ਮੁੱਕਣ ਜੀ ਨਹੀਂ ਆਉਂਦੀ ਹੁਣ ਅਸੀਂ ਇਕੱਲੀ-ਇਕੱਲੀ ਯਾਦ ਕਰੀ ਜਾਵਾਂਗੇ ਹਨਾ ਜਾਂ ਕੋਈ ਹੋਰ ਜਿਹਾ ਤਰੀਕਾ ਹੋਵੇ ਵੀ ਸਾਨੂੰ ਪਤਾ ਲੱਗ ਜੇ ਵਰਬਸ ਇੰਨੇ ਇੰਪੋਰਟੈਂਟ ਨੇ ਅਸੀਂ ਕਹਿ ਲਓ ਵੀ ਇੱਕ ਵਰਬ ਨੂੰ ਹਨਾ ਸਬਜੈਕਟ ਦੇ ਨਾਲ ਲਾ ਕੇ ਬਣਾਈ ਜਾਂਦੇ ਰਹਨੇ ਆ ਵਾਕ ਬੜੇ ਵੀਰ ਬੜੀਆਂ ਭੈਣਾਂ ਨੇ ਜਿਹੜੇ ਅੰਗਰੇਜ਼ੀ ਸ਼ੁਰੂ ਕਰਦੇ ਨੇ ਹਨਾ ਉਹ ਇੱਥੋਂ ਹੀ ਕਰਦੇ ਨੇ ਆਈ ਪਲੇ ਆਈ ਗੋ ਆਈ ਹਨਾ ਡੂ ਥਿਸ ਆਈ ਡੂ ਥੈਟ ਉਹ ਇਹੀ ਕਰਦੇ ਨੇ ਉਸ ਤੋਂ ਬਾਅਦ ਉਹ ਫਾਰਮ ਚੇਂਜ ਕਰਦੇ ਆਈ ਵੈਂਟ ਆਈ ਪਲੇਡ ਹਨਾ ਆਈ ਰੈਡ ਇਹ ਸਾਰਾ ਕੁਝ ਬਣਾ ਲੈਂਦੇ ਨੇ ਕੱਲੇ ਫਾਰਮਸ ਆਫ ਵਰਬਸ ਦੇ ਸਿਰ ਤੇ ਹੁਣ ਆਪਾਂ ਦੇਖਦੇ ਆਂ ਵੀ ਇਹਨਾਂ ਨੂੰ ਯਾਦ ਕਿਵੇਂ ਕਰਨਾ ਇਹਨਾਂ ਨੂੰ ਯਾਦ ਕਰਨ ਦਾ ਇੱਕ ਬੜਾ ਹੀ ਘੈਂਟ ਇੱਕ ਬੜਾ ਹੀ ਵਧੀਆ ਸੌਖਾ ਤਰੀਕਾ ਉਹ ਅੱਜ ਆਪਾਂ ਕਰਾਂਗੇ ਆਪਾਂ ਜਿੰਨੇ ਵੀ ਸਾਰੇ ਵਰਬਸ ਨੇ ਉਹਨਾਂ ਨੂੰ ਚਾਰ ਹਿੱਸਿਆਂ 'ਚ ਵੰਡ ਲਾਂਗੇ ਇਹ ਬੋਰਡ ਤੇ ਦੇਖੋ ਗਰੁੱਪ 1 ਗਰੁੱਪ 2 ਗਰੁੱਪ 3 ਤੇ ਗਰੁੱਪ 4 ਚਾਰ ਗਰੁੱਪਸ ਬਣ ਗਏ ਆਪਣੇ ਕੋਲੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਵਰਬਸ ਨੂੰ ਇਹਨਾਂ ਗਰੁੱਪਾਂ 'ਚ ਰੱਖਾਂਗੇ ਜਿਹੜਾ ਚੌਥਾ ਗਰੁੱਪ ਆ ਉਹਦੇ ਵਿੱਚ 97% ਵਰਬਸ ਆ ਜਾਣਗੇ 97% ਤੇ ਜਿਹੜਾ ਦੂਜਾ ਗਰੁੱਪ ਆ ਉਹਦੇ 'ਚ ਆ ਜਾਣਗੇ 1% ਤੇ ਜਿਹੜਾ ਪਹਿਲਾ ਗਰੁੱਪ ਆ ਉਹਦੇ 'ਚ ਵੀ ਆ ਗਏ 1% ਤੇ ਜਿਹੜਾ ਤੀਜਾ ਗਰੁੱਪ ਆ ਉਹਦੇ 'ਚ ਵੀ ਆ ਗਏ 1% ਲਓ ਜੀ ਕੁੱਲ ਮਲਾ ਕੇ 97 98 99 ਪੂਰਾ 100 ਸਾਡੇ ਸਾਰੇ ਵਰਬਸ ਪੂਰੇ ਹੋ ਗਏ ਅਸੀਂ ਕਵਰ ਕਰ ਲਏ ਇਹ ਸਾਡੇ ਗਰੁੱਪਸ ਬਣ ਗਏ ਹੁਣ ਦੇਖਣ ਸਾਰ ਤੁਸੀਂ ਐਂ ਜੇ ਕਹਿੰਦੇ ਹੋਵੋਗੇ ਵੀ ਲੈ ਚੌਥੇ ਗਰੁੱਪ ਵਾਲੇ ਯਾਦ ਕਰ ਲੈਣੇ 97% ਯਾਦ ਹੋ ਗਏ ਗੱਲ ਬਣ ਗਈ ਪਰ ਗੱਲ ਇਹ ਨਹੀਂ ਹੈਗੀ ਆਪਦੀ ਗੱਲ ਇੱਥੇ ਦਿਮਾਗ 'ਚ ਸੇਵ ਕਰਕੇ ਰੱਖਿਓ ਜਦੋਂ ਆਪਾਂ ਇਹਨਾਂ ਸਾਰਿਆਂ ਤੇ ਚਰਚਾ ਕਰ ਲਈ ਗੱਲਬਾਤ ਕਰ ਲਈ ਫੇਰ ਦੱਸਿਓ ਵੀ ਕਿਹੜੇ ਯਾਦ ਕਰੀਏ ਆਪਾਂ ਲਓ ਜੀ ਜਿਹੜਾ ਪਹਿਲਾ ਗਰੁੱਪ ਆ ਉਹਦੇ ਵਿੱਚ ਨੇ ਵਰਬਸ ਆਪਣੇ ਕੋਲੇ ਜਿਨ੍ਹਾਂ ਦੀਆਂ ਤਿੰਨੋਂ ਫਾਰਮਸ ਅਡ-ਅਡ ਹੁੰਦੀਆਂ ਨੇ ਜਿਵੇਂ ਗੋ ਵੈਂਟ ਗਨ ਹਨਾ ਹੋਰ ਬੜੇ ਸਾਡੇ ਕੋਲ ਹੁੰਦੇ ਨੇ ਸਪੀਕ ਸਪੋਕ ਸਪੋਕਨ ਇਹ ਵੀ ਹੁੰਦੇ ਨੇ ਦੇਖੋ ਇਹਨਾਂ ਦੀ ਤਿੰਨੇ ਫਾਰਮਾਂ ਦਾ ਡੱਡ ਨੇ ਆਹ ਹੋਰ ਐ ਆਹ ਹੋਰ ਕਿੱਧਰ ਨੂੰ ਜਾਂਦੀ ਆ ਹੋਰ ਕਿੱਧਰ ਨੂੰ ਜਾਂਦੀ ਆ ਤਿੰਨੇ ਆਪਸ ਚ ਰਲਦੀਆਂ ਮਿਲਦੀਆਂ ਨਹੀਂ ਹਨਾ ਤਿੰਨੇ ਆਡਡ ਨੇ ਇਹ ਆ ਗਿਆ ਸਾਡਾ ਪਹਿਲਾ ਗਰੁੱਪ ਇਹ ਹੁੰਦੀਆਂ ਨੇ ਸਾਡੇ ਕੋਲੇ 1% ਠੀਕ ਹੈ ਜੀ 1% ਹੋ ਗਈਆਂ ਤੇ ਇਹ ਇੱਥੇ ਆਪਾਂ ਸਾਰੀਆਂ ਦੀ ਤੁਹਾਨੂੰ ਲਿਸਟ ਦਿਖਾ ਦਿੰਨੇ ਆ ਤੁਸੀਂ ਇਹ ਸਾਰੀਆਂ ਦੇਖ ਲਓ ਚਾਹੇ ਇਹਨਾਂ ਦਾ ਸਕਰੀਨਸ਼ਾਟ ਲੈ ਲਓ ਚਾਹੇ ਇਹਨਾਂ ਨੂੰ ਨੋਟ ਕਰ ਲਓ ਇਹਨਾਂ ਨੂੰ ਆਪਾਂ ਯਾਦ ਕਰ ਲੈਣਾ ਜਿੰਨੇ ਮੈਕਸਿਮਮ ਹੈਗੇ ਨੇ ਆਪਾਂ ਸਾਰੇ ਕਵਰ ਕਰਤੇ ਸਾਰਿਆਂ ਦੀ ਲਿਸਟ ਇੱਥੇ ਆ ਗਈ ਉਹ ਨੋਟ ਕਰ ਲਓ ਚਾਹੇ ਸਕਰੀਨਸ਼ਾਟ ਲੈ ਲਓ ਤੇ ਦੂਜਾ ਗਰੁੱਪ ਆ ਗਿਆ ਸਾਡੇ ਕੋਲੇ ਜਿਨ੍ਹਾਂ ਦੀਆਂ ਤਿੰਨੇ ਫਾਰਮਸ ਸੇਮ ਹੁੰਦੀਆਂ ਇਹ ਤਾਂ ਅੱਡ ਹੁੰਦੀਆਂ ਹਨ ਦੂਜੇ ਗਰੁੱਪ ਚ ਤਿੰਨਾਂ ਦੀਆਂ ਸੇਮ ਜਿਵੇਂ ਕੱਟ 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 ਪੁੱਟ ਪੁੱਟ ਪੋਟਾ ਨਾ ਲੈਟ 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 ਬੜੀਆਂ ਹੁੰਦੀਆਂ ਇੱਕ ਹੋਰ ਵੀ ਹੁੰਦਾ ਇਹਦੇ ਚ ਜਿਵੇਂ ਰੀਡ ਰੀਡ ਦੀਆਂ ਤਿੰਨੇ ਫਾਰਮਸ ਸੇਮ ਹੁੰਦੀਆਂ ਨੇ ਲਿਖਣ 'ਚ ਸੇਮ ਨੇ ਰੀਡ ਰੀਡ ਜੇ ਲਿਖਣ 'ਚ ਆਪਾਂ ਲਿਖਣ 'ਚ ਪੜੀਏ ਪਰ ਜਦੋਂ ਇਹਨਾਂ ਨੂੰ ਪੜਨਾ ਰੀਡ ਰੈੱਡ ਰੈੱਡ ਪੜਨ ਚ ਇਹ ਰੈੱਡ ਚਾਹੇ ਲਿਖਣ ਚ ਆਪਾਂ ਕਹਦੇੀ ਤਾਂ ਰੀਡ ਹੀ ਬਣਿਆ ਲਿਖਣ ਚ ਰੀਡ ਚਾਹੇ ਪਰ ਪੜਨ ਚ ਰੈੱਡ ਰੈੱਡ ਇਹ ਤਿੰਨੇ ਆਪਾਂ ਇੱਕੋ ਜਿਹੀਆਂ ਲਿਖਣੀਆਂ ਹੁੰਦੀਆਂ ਇਹ ਉਹ ਗਰੁੱਪ ਆ ਹੋਰ ਬੜੀਆਂ ਨੇ ਇਹੋ ਜਿਹੀਆਂ ਹਨ ਹਿੱਟ 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 ਬੜੀਆਂ ਮਿਲ ਜਾਣਗੀਆਂ ਸਾਨੂੰ ਆਹ ਲਓ ਜੀ ਆਪਾਂ ਇਹਨਾਂ ਦੀ ਲਿਸਟ ਵੀ ਦੇ ਦਿੰਨੇ ਆ ਚਾਹੇ ਸਕਰੀਨਸ਼ਾਟ ਲੈ ਲਓ ਚਾਹੇ ਨੋਟ ਕਰ ਲਓ 2 ਮਿੰਟ ਇੱਥੇ ਸਕਰੀਨ ਨੂੰ ਖੜਾ ਕੇ ਲਓ ਜੀ ਦੋ ਗਰੁੱਪ ਸਾਡੇ ਹੋ ਗਏ ਤੀਜਾ ਗਰੁੱਪ ਆ ਗਿਆ ਸਾਡੇ ਕੋਲੇ ਜਿਹਦੇ ਵਿੱਚ ਦੂਜੀਆਂ ਜਿਹੜੀਆਂ ਦੋਨੇ ਫਾਰਮਜ਼ ਹੁੰਦੀਆਂ ਉਹ ਸੇਮ ਹੁੰਦੀਆਂ ਜਿਵੇਂ ਕੈਚ ਕਾਟ ਕਾਟ ਫਾਈਟ ਫੌਟ ਫੌਟ ਬੜੇ ਮਿਲ ਜਾਣਗੇ ਸਾਨੂੰ ਹਨਾ ਇਹੋ ਜੇ ਇਹ ਸਾਰਿਆਂ ਦੀ ਵੀ ਆਪਾਂ ਲਿਸਟ ਤੁਹਾਨੂੰ ਦੇ ਦਿੰਨੇ ਆ ਇਹ ਵੀ ਸਾਡੇ ਕੋਲੇ ਹੁੰਦੇ ਨੇ 1% 1% ਆ ਗਏ ਇਹਨਾਂ ਦੀ ਲਿਸਟ ਇੱਥੇ ਆ ਗਈ ਚਾਹੇ ਸਕਰੀਨਸ਼ਾਟ ਲੈ ਲਓ ਚਾਹੇ ਨੋਟ ਕਰ ਲਓ ਬਣ ਗਈ ਗੱਲ ਇਹ ਯਾਦ ਰੱਖਣਾ ਵੀ ਪਹਿਲਾਂ ਚ ਤਿੰਨੇ ਐਡਡ ਉਸ ਤੋਂ ਬਾਅਦ ਦੂਜੇ ਗਰੁੱਪ ਚ ਤਿੰਨੇ ਹੀ ਸੇਮ ਹੋ ਗਈਆਂ ਤੇ ਤੀਜੇ ਗਰੁੱਪ ਚ ਦੂਜੀਆਂ ਦੋ ਸੇਮ ਨੇ ਪਹਿਲਾਂ ਤਾਂ ਚਲੋ ਸਾਡਾ ਬਾਬ ਹੈ ਗਈ ਆ ਦੋਨੇ ਫਾਰਮਸ ਅਗਲੀਆਂ ਸੇਵ ਨੇ ਕੈਚ ਕੋਟ ਕੋਟ ਫਾਈਟ ਫੋਟ ਫੋਟ ਹੋਰ ਦੇਖੋ ਇੱਥੇ ਕਿੰਨੀਆਂ ਆ ਗਈਆਂ ਲਓ ਜੀ ਸਕਰੀਨ ਨੂੰ ਪਾਜ਼ ਕਰਕੇ ਇਹਦਾ ਵੀ ਸਕਰੀਨ ਸ਼ਾਟ ਲੈ ਲਓ ਤੇ ਹੁਣ ਆ ਗਿਆ ਸਾਡੇ ਕੋਲੇ ਚੌਥਾ ਗਰੁੱਪ ਸਾਡਾ ਜਿਹੜਾ ਹੈਗਾ 97% ਜਿਹਦੇ ਬਾਰੇ ਆਪਾਂ ਸੋਚ ਰਹੇ ਸੀ ਵੀ ਜੇ ਇਹ ਨੂੰ ਯਾਦ ਕਰ ਲਿਆ ਤਾਂ ਮੋਰਚਾ ਫਤਿਹ ਆ ਆਪਣੀਆਂ ਤਾਂ ਸਾਰੀਆਂ ਫਾਰਮਸ ਹੀ ਯਾਦ ਹੋ ਗਈਆਂ ਪਰ ਹੁਣ ਇੱਥੇ ਆਪਾਂ ਆਪਣਾ ਦੇਸੀ ਤਰੀਕਾ ਵਰਤਾਂਗੇ ਉਹ ਇਹ ਆ ਵੀ ਜਿਹੜਾ ਇਹ ਚੌਥਾ ਗਰੁੱਪਾ ਇਹਨੂੰ ਅਸੀਂ ਯਾਦ ਕਰਨਾ ਹੀ ਨਹੀਂ ਹੁਣ ਦੇਖੋ ਕਿੱਥੇ ਤਾਂ ਸੀ 97% ਹਨਾ ਯਾਦ ਕਰਨੇ ਕਿੱਥੇ 3% ਕਰਨੇ ਆਪ ਸੋਚ ਕੇ ਦੇਖੋ ਵੀ ਜੇ ਸਾਨੂੰ ਕੋਈ ਕਹੇ ਦੇ ਵੀ ਆ 3% ਹੀ ਯਾਦ ਕਰਨੇ ਤਾਂ ਸਾਡੇ ਸਾਰੇ ਵਾਬਸ ਹੀ ਯਾਦ ਹੋ ਗਏ ਸਾਰੀਆਂ ਫਾਰਮਸ ਹੀ ਯਾਦ ਹੋ ਗਈਆਂ ਆਪਾਂ ਕਹਾਂਗੇ ਕਮਾਲ ਹੋ ਗਈ ਯਾਰ ਤਾਂ ਨਜ਼ਾਰੀ ਆ ਗਿਆ ਹਨਾ ਆਪਾਂ ਇਹ 3% ਹੀ ਯਾਦ ਕਰਨੇ ਨੇ 97 ਛੱਡ ਦਿਓ ਇਹ 97 ਸਾਡੇ ਆਪੇ ਯਾਦ ਹੋ ਜਾਣਗੇ ਇਹ ਸਾਨੂੰ ਆਪੀ ਕਹਾਣੀ ਸਮਝ ਆ ਜੂ ਜਦੋਂ ਇਹ ਤਿੰਨੇ ਸਾਡੇ ਯਾਦ ਹੋ ਗਏ ਕਹਿ ਦੋ ਵੀ ਇਹ 1 2 3 ਅਸੀਂ ਯਾਦ ਕਰ ਲਏ 3% ਜਿਹੜੇ ਇਹ 97% ਚ ਆ ਗਏ ਜਿੰਨੇ ਮਰਜ਼ੀ ਆ ਹੁਣ ਉਹਨਾਂ ਦੀ ਲਿਸਟ ਤਾਂ ਆਪਾਂ ਕੀ ਸਕਰੀਨ ਤੇ ਦਿਖਾਉਣੀ ਆ ਚਲੋ ਥੋੜੇ ਬਹੁਤੇ ਦਿਖਾ ਦਾਂਗੇ ਉਹਨਾਂ ਦੇ ਵਿੱਚ ਅਸੀਂ ਕਰਨਾ ਹੀ ਕੁਝ ਨਹੀਂ ਉਹਨਾਂ ਦੇ ਵਿੱਚ ਅਸੀਂ ਅਖੀਰ ਤੇ ਲਾਉਣਾ ਹੁੰਦਾ ਈਡੀ ਬਾਸ ਜਿਹੜਾ ਇਹ ਚੌਥਾ ਗਰੁੱਪਾ ਇਹਦੇ ਚ ਅਖੀਰ ਤੇ ਈਡੀ ਲਾ ਦਿਓ ਕਹਾਣੀ ਖਤਮ ਹੁਣ ਜਿੰਨੀਆਂ ਤਿੰਨੇ ਲਿਸਟਾਂ ਤੋਂ ਬਾਅਦ ਜਿੰਨੇ ਵੀ ਵਰਬਸ ਨੇ ਜੇ ਸਾਡੇ ਸਾਹਮਣੇ ਆਉਣ ਉਹਦੇ 'ਚ ਅਸੀਂ ਈਡੀ ਲਾਵਾਂਗੇ ਤੇ ਗੱਲ ਖਤਮ ਅਖਬਾਰਾਂ 'ਚ ਦੇਖ ਲਈਏ ਚਾਹੇ ਕਿਤਾਬਾਂ 'ਚ ਦੇਖ ਲਈਏ ਚਾਹੇ ਅਸੀਂ ਹਨਾ ਆ ਰਾਈਟਿੰਗਸ ਨੇ ਇੰਗਲਿਸ਼ ਦੀਆਂ ਉਹ 'ਚ ਦੇਖ ਲਈਏ ਜਿਹੜੀਆਂ ਇਹਦੀਆਂ ਸੈਕੰਡ ਤੇ ਥਰਡ ਫਾਰਮਸ ਹੁੰਦੀਆਂ ਨੇ ਉਹਦੇ 'ਚ ਅਸੀਂ ਬਸ ਪਿੱਛੇ ਈਡੀ ਲਾ ਦੇਣਾ ਤੇ ਗੱਲ ਖਤਮ ਜਿਵੇਂ ਸਾਡੇ ਕੋਲੇ ਪਲੇ ਆ ਹਨਾ ਇਹੋ ਤਿੰਨਾਂ ਲਿਸਟਾਂ 'ਚ ਪਲੇ ਹੈ ਨਹੀਂ ਅਸੀਂ ਇਹ ਤਿੰਨੇ ਯਾਦ ਕਰੇ ਹੋਏ ਨੇ ਸਾਨੂੰ ਪਤਾ ਵੀ ਇਹ ਸਾਨੂੰ ਹਣਾ ਪੱਕੇ ਪੱਕੇ ਯਾਦ ਨਹੀਂ ਇਹ ਤਾਂ ਹੁਣ ਯਾਦ ਕਰਨੀ ਪੈਣਗੇ ਇਹਨਾਂ 'ਚ ਕੋਈ ਟ੍ਰਿਕ ਨਹੀਂ ਹੈਗਾ ਹੁਣ ਐ ਨਾ ਕਹਦੇ ਹੋ ਵੀ ਆਹ 3% 'ਚ ਵੀ ਕੋਈ ਜਿਗਾੜ ਜ ਆ ਦੱਸ ਦਿਓ ਆਪਾਂ ਕਰ ਲਈਏ ਹੱਲ ਹਣਾ ਇਹਦਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਆਪਾਂ ਆਹ ਜਿਹੜਾ ਇੱਕ ਹੱਲ ਆ ਉਹ ਤੁਹਾਨੂੰ ਦੱਸਤਾ ਇਹ ਕਰ ਲਿਓ ਕਹਾਣੀ ਖਤਮ ਹੈ ਹੁਣ ਦੇਖੋ ਦੂਜੀ ਤੇ ਤੀਜੀ ਫਾਰਮ 'ਚ ਈ ੜੀ ਲਾ ਕੇ ਆਪਾਂ ਬਣਾ ਲਾਂਗੇ ਇਹ ਸੀ ਪਲੇ ਪਲੇਡ ਪਲੇਡ ਹੁਣ ਮੰਨ ਲਓ ਸਾਡੇ ਕੋਲੇ ਕੋਈ ਇਹੋ ਜਿਹਾ ਆ ਗਿਆ ਜਿਹਦੇ ਪਿੱਛੇ ਈ ਪਹਿਲਾਂ ਹੀ ਲੱਗੀ ਹੋਈ ਆ ਫਿਰ ਆਪਾਂ ਐ ਨਹੀਂ ਕਰ ਦੇਣਾ ਵੀ ਈ ਹੋਰ ਲਾਤੀ ਵੀ ਸਾਨੂੰ ਤਾਂ ਕਿਹਾ ਸੀ ਈ ੜੀ ਲਾਉਣੀ ਆ ਇੱਕ ਈ ਹੋਰ ਲਾਈਕ ਈੜ ਬਣਾਤਾ ਹਨਾ ਇਹ ਕੰਮ ਨਹੀਂ ਕਰਨਾ ਆਪਾਂ ਜਿੱਥੇ ਈ ਪਹਿਲੀ ਆ ਗਈ ਉੱਥੇ ਆਪਾਂ ਇਕੱਲੀ ਡੀ ਲਾ ਦਾਂਗੇ ਪਿੱਛੇ ਜਿਵੇਂ ਲਾਈਕ ਲਾਈਕਡ ਲਾਈਕਡ ਬੜੀਆਂ ਹੋਰ ਇਹੋ ਜਿਹੀਆਂ ਹੋਣਗੀਆਂ ਹਨਾ ਉਹ ਆਪਾਂ ਲਾ ਕੇ ਬਣਾ ਲਾਂਗੇ ਪਿੱਛੇ ਈ ੜੀ ਲਾਉਣੀ ਆ ਬڑا ਸੌਖਾ ਗਾ ਦੇਖੋ ਅਸੀਂ ਇਹ ਤਿੰਨੇ ਯਾਦ ਕਰ ਲਏ ਪੱਕੇ ਪੱਕੇ ਤਾਂ ਇਹ ਅਸੀਂ ਆਪੇ ਕਰ ਲੈਣੇ ਆ ਤੇ ਹੁੰਦੇ ਵੀ 97% ਨੇ ਅਸੀਂ ਦੇਖਾਂਗੇ ਸਾਰੇ ਕਿਤੇ ਸਾਨੂੰ ਇਹੀ ਆਈ ਜਾਂਦੇ ਹੁੰਦੇ ਨੇ ਹਨਾ ਵੀ ਹਾਂ ਯਾਰ ਸਾਰੇ ਕਿਤੇ ਤਾਂ ਇਹੀ ਆਈ ਜਾਂਦੇ ਆ ਬਾਰ ਬਾਰ ਇਹੀ ਆਈ ਜਾਂਦੇ ਆ ਦੇਖੋ ਪਹਿਲੀ ਫਾਰਮ ਅਸੀਂ ਲਿਖਤੀ ਪਲੇ ਪਲੇਅਰ ਪਲੇਡ ਤਿੰਨੇ ਫਾਰਮਸ ਬਣ ਗਈਆਂ ਸਾਡੇ ਕੋਲੇ ਸੌਖਾ ਜਿਹਾ ਤਰੀਕਾ ਗਾ ਉਮੀਦ ਕਰਦੇ ਆ ਕਿ ਅੱਜ ਤੋਂ ਬਾਅਦ ਇਹ ਫਾਰਮਸ ਆਫ ਵਰਬਸ 'ਚ ਅਸੀਂ ਕਦੇ ਨਹੀਂ ਉਲਝਾਂਗੇ ਤੇ ਨਾ ਹੀ ਆਏ ਸੋਚਾਂਗੇ ਵੀ ਇਹਨਾਂ ਨੂੰ ਕਿਵੇਂ ਯਾਦ ਕਰੀਏ ਤਾਂ ਇੰਨੀਆਂ ਨੇ ਇਹ ਸਾਡੇ ਹਨਾ ਕਿਵੇਂ ਯਾਦ ਰਹਿਣਗੀਆਂ ਹੁਣ ਜੇ ਆਪਾਂ ਇਹ 97% ਵਾਲੀਆਂ ਵਿੱਢ ਲਈਆਂ ਤਾਂ ਇਹ ਤਾਂ ਸਾਡੇ ਲੋਟ ਹੀ ਨਹੀਂ ਆਉਣੀ ਕਹਾਣੀ ਆਪਾਂ 3% ਕਰ ਲਾਂਗੇ ਕਹਿ ਲਓ ਵੀ ਟੇਢੀ ਉਂਗਲ ਨਾਲ ਘੇਓ ਕੱਢ ਲਾਂਗੇ ਕੱਢ ਕੇ ਘੇਓ ਕਰਕੇ ਫਾਰਮਸ ਆਫ ਵਰਬਸ ਯਾਦ ਤੇ ਆਪਣੀ ਕਹਾਣੀ ਹੋ ਜਾਣੀ ਹੈ ਖਤਮ ਉਮੀਦ ਕਰਦੇ ਆਂ ਵੀ ਇਹ ਸਾਰਿਆਂ ਨੂੰ ਫਾਰਮਸ ਆਫ ਵਰਬਸ ਵਾਲੀ ਗੱਲ ਕਲੀਅਰ ਹੋ ਗਈ ਹੋਗੀ ਅੱਜ ਤੋਂ ਬਾਅਦ ਨਾ ਇਹਦੇ ਚ ਕਦੇ ਅਸੀਂ ਡਰਾਂਗੇ ਨਾ ਉਲਝਾਂਗੇ ਤੇ ਆਪਦੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਾਂਗੇ ਵੀ ਆਹ ਦੇਖੋ ਫਾਰਮਸ ਆਫ ਵਰਬਸ ਨੂੰ ਆਪਾਂ ਐਂ ਕਰ ਲੈਨੇ ਆਂ ਦੇਖੋ ਦੇਸੀ ਜਿਹਾ ਤਰੀਕਾ ਕਿੱਡਾ ਵਧੀਆ ਤਰੀਕਾ ਐਂ ਕਰ ਲੋ ਵੀਡੀਓ ਨੂੰ ਕਰੋ ਸ਼ੇਅਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਬੜੀ ਵਾਰ ਤੁਹਾਡੇ ਵੱਲੋਂ ਇਹ ਕਹਿਣ ਨੂੰ ਮਿਲਦਾ ਵੀ ਸਾਨੂੰ ਵੀਡੀਓ ਦਾ ਪਤਾ ਨਹੀਂ ਲੱਗਿਆ ਵੀਡੀਓ ਆਈ ਸੀ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ ਜਦੋਂ ਵੀ ਆਪਣੀ ਨਵੀਂ ਵੀਡੀਓ ਆਊਗੀ ਤੁਸੀਂ ਖੋਲ ਕੇ ਦੇਖ ਲਓਗੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਆਜ ਰੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ